श्री गुरु गोबिंद सिंह जी दे दोने छोटे साहिबजादियां अते माता गुजरी जी दी शहादत नूं सिजदा करन लई गुरुद्वारा फतेहगढ़ साहिब विखे संगतां अते सियासी आगू पहुंचदे हन। उत्थे ही अज आम आदमी पार्टी दे सूबा प्रधान ते संसद मैंबर भगवंत मान विरोधी धिर दे आगू हरपाल चीमा सने पहुंचे। इस दौरान भगवंत मान ने कहा कि कैप्टन अमरिंदर सिंह कारपोरेट घरानिया की बोली बोल रहे ने, जेकर जियो दे टावरां दा नुकसान हो रहा है तां कैप्टन अमरिंदर सिंह केंद्र वल्लों पास कीते खेती सुधार वापस करवा देन। मान बीते लंघे कल छोटे साहिबजादे अते माता गुजरी जी नूं श्रद्धांजलि देन पहुंचे सन। उन्हां ने कहा कि केंद्र सरकार नूं घट्टो घट समर्थन भाव दी गारंटी देनी चाहीदी है अते पास कीते बिल वापस लेने चाहीदे ने। नाल ही विरोधी धिर दे आगू एडवोकेट हरपाल सिंह चीमा ने कर विभाग वल्लों आड़तियां दे घरां ते कीती जा रही छापेमारी दी निखेधी करदिआं कहा कि अजिहा करके केंद्र सरकार वल्लों आड़तियां नूं डराया जा रहा है। जेकर आड़तियां नूं तंग परेशान करना बंद ना कीता गया तां आम आदमी पार्टी जिला पद्धर ते रोस प्रदर्शन करेगी। देखो अज छोटे साहिबजादियां दी शहीदी दी जगह ते असी नतमस्तक होण आए हां। एक लामिसाल कुरबानी उन्हां दी दित्ती है, उन्हां ने जिहड़ी उन्हूं दुनिया भर च जिहड़े लोक ने उह नतमस्तक करदे ने, हर धर्म दे जिहड़े बंदे ने उह इस दिन नूं नतमस्तक करदे ने। 2018 दे विच अज दे दिन पार्लीमेंट दे विच छोटे साहिबजादियां नूं पहली बार हिस्टरी च जदों श्रद्धांजलि दवाई तां मेरे मन नूं बहुत सुकून मिलिया कि परमात्मा कई बार किसी बंदे तो यह जे काम करवा लैंदा कि उन्हूं सारी जिंदगी सुकून मिलता रहिंदा। सो मैनूं सुकून है कि हुण जदों भी कदे 27 दसंबर नूं पार्लीमेंट चलूगी तां ऑन रिकॉर्ड जिहड़ी है श्रद्धांजलि ਉਹ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਦਿੱਤੀ ਜਾਇਆ ਕਰੂਗੀ ਰਹਿੰਦੀ ਦੁਨੀਆ ਤੱਕ। ਇਲੈਕਸ਼ਨ ਲੜਾਂਗੇ ਜੀ, ਚੋਣ ਨਿਸ਼ਾਨ 'ਤੇ ਲੜਾਂਗੇ, ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਕਿ ਲੋਕਲ ਬੋਡੀਜ਼ ਦੀਆਂ ਲੋਕਲ ਜਿਹੜੀਆਂ ਵੋਟਾਂ ਨੇ ਮੁਹੱਲਿਆਂ ਦੀਆਂ ਉਹਦੇ ਵਿੱਚ ਚੰਗੇ ਬੰਦੇ ਆਉਣ। ਇਹ ਡੈਮੋਕ੍ਰੇਸੀ ਦਾ ਬੇਸ ਹੈ, ਸੋ ਜੇ ਬੇਸ ਵਧੀਆ ਹੋਊਗਾ ਤਾਂ ਬਿਲਡਿੰਗ ਵਧੀਆ ਹੋ ਸਕਦੀ। ਇਹ ਤਾਂ ਜੀ ਅਸੀਂ ਤਖਸਾਨੀ ਦੇ ਨਾਲ, ਮੈਂ ਤਾਂ ਪਾਰਲੀਮੈਂਟ ਦੇ ਵਿੱਚ ਪਰਸੋਂ ਸੈਂਟਰਲ ਹਾਲ 'ਚ ਮੋਦੀ ਸਾਹਿਬ ਨੂੰ ਘੇਰਿਆ ਸੀ, ਮੋਦੀ ਸਾਹਿਬ ਨੂੰ ਕਿਹਾ ਸੀ ਕਿ ਲੱਖਾਂ ਦੀ ਗਿਣਤੀ 'ਚ ਅੰਨਦਾਤਾ ਜਿਹੜਾ ਮਰ ਰਿਹਾ ਤੁਸੀਂ ਉਹਨਾਂ ਨੂੰ ਅੱਤਵਾਦੀ ਕਹੀ ਜਾਂਦੇ ਹੋ, ਤੁਸੀਂ ਕਾਨੂੰਨ ਵਾਪਸ ਲੈ ਲਓ, MSP ਦੀ ਗਰੰਟੀ ਦੇ ਦਿਓ। ਇਸੇ ਸੰਸਦ ਦੇ ਵਿੱਚ ਤੁਸੀਂ ਰਾਤ ਨੂੰ 12 ਵਜੇ GST ਦਾ ਕਾਨੂੰਨ ਲਾਗੂ ਕਰਤਾ ਸੀ ਅਤੇ ਹੁਣ ਕਿਉਂ ਨਹੀਂ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾ ਸਕਦੇ। ਸੋ ਪਾਰਟੀ ਜਿਹੜੀ ਹੈ ਉਹ ਬਿਨਾਂ ਕਿਸੇ ਰਾਜਨੀਤਿਕ ਕਿਸੇ ਭੇਦਭਾਵ ਦੇ, ਅਸੀਂ ਤਾਂ ਉੱਥੇ ਕਿਸਾਨ ਬਣ ਕੇ ਉਹਨਾਂ ਦੇ ਪੁੱਤ ਭਤੀਜੇ ਬਣ ਕੇ ਜਾਂਦੇ ਹਾਂ ਜੀ। ਅੱਜ ਵੀ ਮੁੱਖ ਮੰਤਰੀ ਦਿੱਲੀ ਜਿਹੜੇ ਨੇ ਉਹ ਜਾਣਗੇ ਉੱਥੇ ਸਿੰਘੂ ਬਾਰਡਰ 'ਤੇ ਅਤੇ ਜਿਹੜੇ ਸੇਵਾ ਭਾਵਨਾ ਨਾਲ ਜਾਣਗੇ ਅਤੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਹੋਏ ਨੇ ਸੇਵਾ ਦੇ ਉਹਦਾ ਜਾਇਜ਼ਾ ਲੈਣ। ਕੈਪਟਨ ਸਾਹਿਬ ਜੀਓ ਵਾਲਿਆਂ ਨਾਲ ਗੱਲ ਕਰ ਲੈਣ ਕਿ ਉਹ ਕਾਨੂੰਨ ਜਿਹੜੇ ਵਾਪਸ ਲੈਣ ਦੇ ਵਿੱਚ ਸਹਾਈ ਕਰ ਦੇਣ, ਉਹ ਕਹਿ ਦੇਣ ਕਿ ਅਸੀਂ ਨਹੀਂ ਇੰਨਾ ਜਿਹੜਾ ਵਿਰੋਧ ਹੋ ਰਿਹਾ ਹੈ ਜੇ ਕਾਨੂੰਨ ਦਾ ਅਸੀਂ ਉਹਦਾ ਕੋਈ ਫਾਇਦਾ ਨਹੀਂ ਲੈਣਾ। ਕੈਪਟਨ ਸਾਹਿਬ ਅੰਬਾਨੀਆਂ ਡਾਨੀਆਂ ਨਾਲ ਗੱਲ ਕਰ ਲੈਣ, ਉਹਨਾਂ ਦੇ ਵਕੀਲ ਕਿਉਂ ਬਣਦੇ ਨੇ ਉਹ? ਜਿਹੜਾ ਵੀ ਇਹ ਯੱਗ ਹੈ, ਯੱਗ ਦੇ ਵਿੱਚ ਜਿਹੜਾ ਵੀ ਜਿਹਦਾ ਯੋਗਦਾਨ ਪੈਂਦਾ ਪਾਇਆ ਜਾਵੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਜਿਵੇਂ ਵੀ ਪ੍ਰੈਸ਼ਰ ਪਾ ਸਕਦੀਆਂ ਨੇ ਸਰਕਾਰ 'ਤੇ ਉਹ ਪਾਉਣ, ਅਸੀਂ ਵੀ ਇਸੇ ਕਰਕੇ ਸੈਂਟਰਲ ਹਾਲ ਦੇ ਵਿੱਚ ਉਹਦੇ ਮੋਦੀ ਨੂੰ ਘੇਰਿਆ ਸੀਗਾ ਅਤੇ ਉਹਨੂੰ ਨਾਅਰੇ ਵੀ ਲਾਏ ਅਤੇ ਉਹਨਾਂ ਨੂੰ ਪੋਸਟਰ ਵੀ ਦਿਖਾਏ ਕਿ ਕਾਲੇ ਕਾਨੂੰਨ ਵਾਪਸ ਲੈ ਲਓ ਅਤੇ MSP ਦੇ ਕਾਨੂੰਨ ਦਾ ਜਿਹੜੇ ਗਰੰਟੀ ਨੇ। ਦੇਖੋ ਜਿਸ ਵੀ ਵਿਅਕਤੀ ਨੂੰ, ਚਾਹੇ ਕਿਸਾਨ ਨੇ, ਚਾਹੇ ਆੜ੍ਹਤੀ ਨੇ, ਚਾਹੇ ਕੋਈ ਹੋਰ ਜਿਹਨੂੰ ਵੀ ਜਿਹੜੀ ਆ BJP ਤੰਗ ਕਰੂਗੀ, ਕੇਂਦਰ ਦੀ ਸਰਕਾਰ ਤੰਗ ਕਰੂਗੀ, ਆਮ ਆਦਮੀ ਪਾਰਟੀ ਦਾ ਡਟ ਕੇ ਨਹੀਂ, ਕਿਸਾਨ ਲੀਡਰਸ ਨੂੰ ਜਿਸ ਤਰ੍ਹਾਂ ਬਿਲਕੁਲ ਤੰਗ ਨਹੀਂ ਕੀਤਾ ਜਾਊਗਾ, ਜਿਹੜਾ ਵੀ ਕਰੂਗਾ ਅਸੀਂ ਉਹਨਾਂ ਲੀਡਰਾਂ ਦੇ ਨਾਲ ਖੜਾਂਗੇ ਡਟ ਕੇ, ਚਾਹੇ ਧਰਨੇ ਲਾਉਣੇ ਪੈਣ, ਮੁਜ਼ਾਹਰੇ ਕਰਨੇ ਪੈਣ, ਆਮ ਆਦਮੀ ਪਾਰਟੀ ਡਟ ਕੇ ਲੜਾਂਗੇ, ਬਿਲਕੁਲ ਲੜਾਂਗੇ। ਕੱਲ੍ਹ ਨੂੰ ਰਣਨੀਤੀ ਕੱਲ੍ਹ ਦੀ ਮੀਟਿੰਗ ਹੈ, ਬੁਲਾ ਕੇ ਲੜਾਂਗੇ। ਲਾਸਾਨੀ ਕੁਰਬਾਨੀ ਆ ਛੋਟੇ ਸਾਹਿਬਜ਼ਾਦਿਆਂ ਦੀ, ਅੱਜ ਸਮੁੱਚੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਨਤਮਸਤਕ ਹੋਣ ਲਈ ਆਇਆਂਗੇ। ਫਤਿਹਗੜ੍ਹ ਸਾਹਿਬ ਤੋਂ ਅਮਿਤ ਸ਼ਰਮਾ, ਬਿਊਰੋ ਰਿਪੋਰਟ, ਸੱਚ ਕਹੂੰ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।